ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਕੱਲ ਸਿੱਧੂ ਮੂਸੇਵਾਲੇ ਵੀਰ ਦਾ ਸਰਿਆਮ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ ਜੀ ਜਦੋਂ ਸਿੱਧੂ ਬਾਈ ਦੇ ਗੋਲੀਆਂ ਵੱਜੀਆਂ ਤਾਂ ਉਦੋਂ ਉਹ ਥਾਰ ਗੱਡੀ ਵਿੱਚ ਸੀ ਜੀ ਤੇ ਥਾਰ ਗੱਡੀ ਵਿੱਚ ਉਹਨਾਂ ਤੇ ਸਰਿਆਮ ਗੋਲੀਆਂ ਚਲਾਈਆਂ ਗਈਆਂ ਨੇਵਾ ਗੋਲੀਆਂ ਤੇ ਗੋਲੀਆਂ ਦੀ ਗਿਣਤੀ 20 ਗੋਲੀਆਂ ਦੱਸੀ ਜਾ ਰਹੀ ਹੈ ਜੀ ਇਸ ਤੋਂ ਬਾਅਦ ਤੁਹਾਨੂੰ ਇਹ ਪੋਸਟ ਦਿਖਾ ਰਿਹਾ ਜੀ ਇਹ ਪੋਸਟ ਤੁਸੀਂ ਦੇਖ ਸਕਦੇ ਹੋ ਗੋਲਡੀ ਬਰਾੜ ਬਲੋ ਇਹ ਆਪਣੇ ਫੇਸਬੁੱਕ ਪੇਜ ਤੇ ਪੋਸਟ ਆ ਜਿਹੜੀ ਪਾਈ ਗਈ ਹੈ ਇਹ ਸਾਰੀ ਪੋਸਟ ਬਾਰੇ ਤੁਹਾਨੂੰ ਦੱਸਾਂਗੇ ਦੋਸਤੋ ਤੇ ਉਹਨਾਂ ਨੇ ਇਹ ਸਾਰੇ ਕਤਲ ਮਾਮਲੇ ਦੀ ਜ਼ਿੰਮੇਵਾਰੀ ਲੈ ਲਈ ਹੈ ਜੀ ਫੇਸਬੁੱਕ ਤੇ ਪੋਸਟ ਪਾ ਕੇ ਗੋਲਡੀ ਬਰਾੜ ਨੇ ਤੇ ਦੋਸਤੋ ਇਹ ਗੋਲਡੀ ਬਰਾੜ ਹੈ ਜੋ ਇਸ ਟਾਈਮ ਕੈਨੇਡਾ ਵਿੱਚ ਹੈ ਜੀ ਕੈਨੇਡਾ ਵਿੱਚ ਗੋਲਡੀ ਬਰਾੜ ਨੇ ਤੇ ਦੋਸਤੋ ਉਹਨਾਂ ਦੀ ਸਾਰੀ ਜੋ ਪੋਸਟ ਪਾਈ ਗਈ ਹੈ ਫੇਸਬੁੱਕ ਤੇ ਤੁਹਾਨੂੰ ਪੜ ਕੇ ਸੁਣਾ ਰਹੇ ਹਾਂ ਜੀ ਇਸ ਪੋਸਟ ਵਿੱਚ ਲਿਖਿਆ ਗਿਆ ਜੀ RAM RAM ਸਾਰੇ ਭਾਈਆਂ ਨੂੰ ਸਤ ਸ੍ਰੀ ਅਕਾਲ ਅੱਜ ਜਿਹੜਾ ਸਿੱਧੂ ਮਸੇਵਾਲੇ ਦਾ ਕੰਮ ਹੋਇਆ ਇਹਦੀ ਜ਼ਿੰਮੇਵਾਰੀ ਮੈਂ ਗੋਲਦੀ ਬਰਾੜ ਸਚਿਨ ਬਿਸਨੋਈ ਔਰ ਲੋਇਰਸ ਬਿਸਨੋਈ ਗਰੁੱਪ ਲੈਨੇ ਆ ਇਹ 22 ਬਿੱਕੀ ਮਿੱਧੂ ਖਹਿਰੇ ਤੇ ਗੁਰਲਾਲ ਬਰਾੜ ਦੇ ਕਤਲ ਵਿੱਚ ਇਸ ਦਾ ਨਾਮ ਆਏ ਆਂਦੇ باوجود ਪੁਲਿਸ ਨੇ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਸਾਡਾ ਬਾਈ ਅਨਕਿਤ ਵਦਾਉ ਦੇ ਇਨਕਾਉਂਟਰ ਵਿੱਚ ਵੀ ਇਸ ਦਾ ਹੱਥ ਸੀ ਇਹ ਸਾਡੇ ਖਿਲਾਫ ਚੱਲ ਰਿਹਾ ਸੀ ਦਿੱਲੀ ਪੁਲਿਸ ਨੇ ਡਾਇਰੈਕਟ ਇਸ ਦਾ ਨਾਮ ਮੀਡੀਆ ਅੱਗੇ ਰੱਖ ਦਿੱਤਾ ਸੀ ਫਿਰ ਵੀ ਇਹ ਆਪਣੀ ਪਾਵਰਤ ਕਰਕੇ ਬਚਿਆ ਰਿਹਾ ਇਸ ਤੇ ਕੋਈ ਕਾਰਵਾਈ ਨਹੀਂ ਹੋਈ ਤੁਸਲ ਤੇ ਸਾਰੇ ਬੰਦੇ ਜਿਹੜੇ ਫੜੇ ਗਏ ਉਹਨਾਂ ਨੇ ਇਸ ਦਾ ਨਾਮ ਲੇਤਾ ਇਹ ਦੋਸਤੋ ਗੋਲਡੀ ਵਿਰਾੜ ਬਲੋ ਆਪਣੀ ਪੋਸਟ ਵਿੱਚ ਲਿਖਿਆ ਗਿਆ ਸੀ ਤੇ ਜੋ ਗਰਲਾਲ ਵਿਰਾੜ ਦਾ ਪਿਛਲੇ ਦਿਨ ਮਰਡਰ ਹੋਇਆ ਗੁਰਲਾਲ ਬਰਾੜ 골ਡੀ ਬਰਾੜ ਦੇ ਰਿਸ਼ਤੇ ਵਿੱਚ ਭਰਾ ਸੀ ਤੇ ਦੋਸਤੋ ਇਸ ਤੋਂ ਬਾਅਦ ਇੱਕ ਹੋਰ ਗੱਲ ਸੋਚਣ ਵਾਲੀ ਹੈ ਦੋਸਤੋ ਇੱਕ ਗੱਲ ਹੋਰ ਜੋ ਪੰਜਾਬ ਸਰਕਾਰ ਵੱਲੋਂ ਸਿੱਧੂ ਮਸੇਵਾਲੇ ਨੂੰ ਸਕਿਉਰਟੀ ਸਕਿਉਰਟੀ ਦਿੱਤੀ ਗਈ ਸੀ ਚਾਰ ਬੰਦਿਆਂ ਦੀ ਤੇ ਬੁਲੇਟ ਪ੍ਰੂਫ ਗੱਡੀ ਵੀ ਦਿੱਤੀ ਗਈ ਸੀ ਤੇ ਅੱਜ ਉਹ ਗੱਡੀ ਵੀ ਨਹੀਂ ਲੈ ਕੇ ਆਏ ਤੇ ਸਕਿਉਰਟੀ ਵੀ ਉਹਨਾਂ ਦੀ ਖਾਬ ਸੀ ਇਹ ਵੀ ਸੋਚਣ ਵਾਲੀ ਗੱਲ ਹੈ ਦੋਸਤੋ ਤੇ ਪੋਸਟ ਅਸੀਂ ਜਿਹੜੀ ਆ ਤੁਹਾਨੂੰ ਸਾਰੀ ਪੜਾ ਦਿੰਦੀ ਹੈ ਦੋਸਤੋ ਮਤਲਬ ਪੜ ਕੇ ਸੁਣਾ ਦਿੰਦੀ ਹੈ ਤੇ ਇਸ ਤੋਂ ਅੱਗੇ ਦੀ ਜੋ ਖਬਰ ਹੋਈਗੀ ਅਸੀਂ ਆਪਣੇ ਚੈਨਲ ਤੇ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਧੰਨਵਾਦ ਸਾਰੇ ਵੀਰਾਂ ਦਾ